ਕੀ ਹੋਣੀ ਹੈ ਹੋਈ ਹੈ ਵੀ ਬਾਬਾ ਜੀ ਘੋੜੇ ਲੈ ਜਾਓ ਇੱਥੋਂ ਠੀਕ ਹੈ ਮਹਾਰਾਜ ਦਾ ਸਰੂਪ ਲੈ ਜਾਓ ਇੱਥੋਂ 10 ਲੱਖ ਰੁਪਇਆ ਦੇਵਾਂਗੇ ਗਰੇਵਾਲ ਨੇ ਕਿਹਾ ਸਾਨੂੰ ਸੱਚ ਝੂਠ ਦਾ ਨਵੇੜਾ ਕਰਕੇ ਜਾਣਗੇ ਬਾਬੇ ਹੁਣ ਆਏ ਨੇ ਚਮਕੌਰ ਸਾਹਿਬ ਤੋਂ ਭਾਵੇਂ ਸੈਂਟਰ ਦੀ ਸਰਕਾਰ ਵਾਲੇ ਨੇ ਭਾਵੇਂ ਪੰਜਾਬ ਦੀ ਸਰਕਾਰ ਵਾਲੇ ਨੇ ਭਾਵੇਂ ਸਾਡਾ ਸਾਧੂ ਸਮਾਜ ਹੈ ਪਰ ਹੁਣ ਅਸੀਂ ਕਲੀਅਰ ਕਰਕੇ ਜਾਵਾਂਗੇ ਸੰਸਾਰ ਦੇ ਲੋਕਾਂ ਨੂੰ ਕੌਮਰ ਨੂੰ ਵੀ ਕਹਿੰਦੇ ਹਾਂ ਕਿ ਕਿਤੇ ਫੋਟੋਆਂ ਦੇ ਚਾਰਜ ਨਾ ਲੈ ਜੀ ਅੱਜ ਦਾ ਸਾਡੀ ਫੋਟੋ ਵਾਇਰਲ ਹੋਈ ਆ ਸਾਡੀ ਸਾਰੀ ਫੋਟੋ ਫਾਊਲ ਦੀ ਵਾਇਰਲ ਕਰ ਪਾਣੀ ਦੀ ਬੋਲੀ ਨਹੀਂ ਲੱਗਦੀ ਜੇ ਪਾਣੀ ਦੀ ਬੋਲੀ ਲੱਗਦੀ ਹੁੰਦੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧਰਤੀ ਤੇ ਸ਼ਹੀਦੀ ਨਾ ਹੁੰਦੀ ਦਿੱਲੀ ਦੀ ਧਰਤੀ ਤੇ ਇਹਨਾਂ ਧਿਆਨ ਰੱਖਿਓ ਤੋਮਰ ਉਹਨੀ ਸਾਨੂੰ ਮਿਲੇ ਸੀ ਸੰਸਾਰ ਤੇ ਮਿਲੇ ਤੇ ਸਾਨੂੰ ਤੋਮਰ ਮਿਲੇ ਪਿੰਕੀ ਮਿਲੀ ਸਾਰੇ ਮਿਲੇ ਸੀ ਗੱਲਬਾਤ ਕੀ ਹੋਣੀ ਹੈ ਹੋਈ ਹੈ ਵੀ ਬਾਬਾ ਜੀ ਘੋੜੇ ਲੈ ਜਾਓ ਇੱਥੋਂ ਠੀਕ ਹੈ ਮਹਾਰਾਜ ਦਾ ਸਰੂਪ ਲੈ ਜਾਓ ਇੱਥੋਂ 10 ਲੱਖ ਰੁਪਇਆ ਦੇਵਾਂਗੇ ਗਰੇਵਾਲ ਨੇ ਕਿਹਾ ਸਾਨੂੰ 1 ਲੱਖ ਰੁਪਏ ਦੀ ਸਾਨੂੰ ਟਰਾਲੀ ਲੈ ਕੇ ਦਿੱਤੀ ਇਹਨਾਂ ਨੇ ਵੀ ਬਾਬੇ ਦਾ ਵਗ ਜਾਣਗੇ ਇੱਥੋਂ ਪਹਿਲਾਂ ਤਾਂ ਇਹਨਾਂ ਨੂੰ ਪੁੱਛੋ ਵੀ ਇਹ ਬਾਬੇ ਪੰਡਿਤ ਨੀ ਹੈਗੇ ਵੀ 1 ਲੱਖ ਰੁਪਇਆ ਬਾਬਿਆਂ ਦੇ ਪੈਰਾਂ 'ਚ ਮੱਥਾ ਟੇਕ ਕੇ ਵੀ ਬਾਬੇ ਮੰਨ ਜਾਣਗੇ ਸੱਚ ਝੂਠ ਦਾ ਨਵੇੜਾ ਕਰਕੇ ਜਾਣਗੇ ਬਾਬੇ ਹੁਣ ਆਏ ਨੇ ਚਮਕੌਰ ਸਾਹਿਬ ਤੋਂ ਭਾਵੇਂ ਸੈਂਟਰ ਦੀ ਸਰਕਾਰ ਵਾਲੇ ਨੇ ਭਾਵੇਂ ਪੰਜਾਬ ਦੀ ਸਰਕਾਰ ਵਾਲੇ ਨੇ ਭਾਵੇਂ ਸਾਡਾ ਸਾਧੂ ਸਮਾਜ ਹੈ ਪਰ ਹੁਣ ਅਸੀਂ ਕਲੀਅਰ ਕਰਕੇ ਜਾਵਾਂਗੇ ਸੰਸਾਰ ਦੇ ਲੋਕਾਂ ਨੂੰ ਤੋਮਰ ਨੂੰ ਵੀ ਕਹਿੰਦੇ ਹਾਂ ਕਿ ਕਿਤੇ ਫੋਟੋਆਂ ਦੇ ਚਾਰਜ ਨਾ ਲੈ ਜੀ ਅੱਜ ਤਾਂ ਸਾਡੀ ਫੋਟੋ ਵਾਇਰਲ ਹੋਈ ਆ ਸਾਡੀ ਸਾਰੀ ਫੋਟੋ ਫਾਊਲ ਦੀ ਵਾਇਰਲ ਕਰ ਘਰੇ ਬੁਲਾ ਕੇ ਗੱਲ ਕਹੀ ਸੀ ਵੀ ਹਾਂ ਜੇ 4 ਮੰਗਾਂ ਮੰਨ ਲਓ ਸਾਡੀਆਂ ਵੀ ਜੋ ਤੁਸੀਂ ਕਹੋਗੇ ਤੁਹਾਨੂੰ ਰਾਜ ਦੇ ਦੇਂਗੇ ਤੂੰ ਸਾਨੂੰ ਕੀ ਰਾਜ ਦੇ ਦੇਂਗਾ ਨੌਕਰ ਤਾਂ ਹੈਗੇ ਆ ਸਾਡੇ ਸਾਰੇ ਨੌਕਰ ਨੇ ਸਾਡੇ ਧਰਮ ਦੀ ਸਰਕਾਰ ਦੇ 5 ਆਨੇ ਦੇ ਕੇ ਸਰਕਾਰ ਚਲਾਉਂਦੇ ਆ ਨਿਹੰਗ ਸਿੰਘ ਵਿਦੇਸ਼ ਕਹਿੰਦੇ ਆ ਸੱਚਖੰਡ ਦੀ ਚਮਕੌਰ ਸਾਹਿਬ ਸਾਡਾ ਨਗਰ ਮਿਸਲ ਸੀਤ ਪਿਆਰੇ ਹਿੰਮਤ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇੰਨਾ ਤੁਹਾਨੂੰ ਦੱਸ ਦਿੰਦੇ ਆ ਸਾਰੇ ਸੰਸਾਰ ਨੂੰ ਕਲੀਅਰ ਹੁਣ ਅਸੀਂ ਤਾਂ ਰਹੀਏ ਨਾ ਰਹੀਏ ਜੱਗ ਤੇ ਪਰ ਅਸੀਂ ਹੁਣ ਸਾਰੇ ਚੋਰਾਂ ਨੂੰ ਕਲੀਅਰ ਕਰਾਂਗੇ ਸਾਨੂੰ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਹਨਾਂ ਦੇ ਮੂੰਹਾਂ ਵੱਲ 2015 ਤੋਂ ਲੈ ਕੇ 22 ਤੱਕ ਬੇਅਦਬੀਆਂ ਕਰੀ ਜਾਂਦਾ ਕਦੇ ਗੁਰੂ ਨੂੰ ਕੋਈ ਉੱਧਰ ਨੂੰ ਖਿੱਚ ਕੇ ਲੈ ਜਾਂਦਾ ਕਦੇ ਕੋਈ ਉੱਧਰ ਨੂੰ ਲੈ ਜਾਂਦਾ ਅੱਜ ਦੱਸਾਂਗੇ ਸਾਰੇ ਸੰਸਾਰ ਨੂੰ ਕਲੀਅਰ ਕਰਾਂਗੇ ਸਿੰਘੂ ਦੇ ਬਾਰਡਰ ਤੇ ਬਹਿ ਕੇ ਵੀ ਇਹ ਸਰਕਾਰਾਂ ਨੂੰ ਐ ਹੁੰਦਾ ਕਿ ਸਾਰੇ ਬਾਬੇ ਮੁੱਲ ਖਰੀਦ ਲਾਂਗੇ ਜਿਹੜੇ ਖਰੀਦੇ ਨੇ ਉਹਨਾਂ ਨੂੰ ਦੋ ਸਾਨੂੰ ਸਤਿਗੁਰ ਦਾ ਦਿੱਤਾ ਬੜਾ ਕੁਛ ਆ ਫੋਟੋਆਂ ਦੇ ਨਾਲ ਕੁਛ ਨਹੀਂ ਆਉਣਾ ਮੇਨ ਟੇਬਲ ਤੇ ਆਓ ਟੇਬਲ ਤੇ ਹੁਣ ਟੇਬਲ ਤੇ ਬਹਿ ਕੇ ਗੱਲ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਲਾਲਚ ਵੀ ਦਿੱਤੇ ਗਏ ਸੀ ਉਹਨਾਂ ਵੱਲੋਂ ਅਸੀਂ ਤਾਂ ਅਸੀਂ ਪੁੱਤਰਾ ਅਸੀਂ ਲਾਲਚ ਕਰਨਾ ਕੀ ਅੱਗੇ ਦਾ ਅਸੀਂ ਇੰਨਾ ਕਲੀਅਰ ਕਰਦੇ ਅਮਰੀਕਾ ਕਨੇਡਾ ਆਸਟ੍ਰੇਲੀਆ ਵਾਲਿਆਂ ਨੂੰ ਇਹ ਜਿਹੜਾ ਕਿਸਾਨ ਅੰਦੋਲਨ ਆ ਨਾ ਸਾਰੀ ਜੜ ਇਹਦੀ ਹੈ ਇਹ ਜਿਹੜਾ ਬੇਅਦਬੀ ਕਰਨ ਭੇਜਿਆ ਇਸ ਕਰਕੇ ਭੇਜਿਆ ਵੀ ਬਾਬੇ ਅਮਨ ਤੇ ਜਾਵੇ ਕੋਈ ਵੀ ਗੱਲ ਮੈਂ ਅਸੀਂ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਪਰ ਸਾਧੂ ਸਮਾਜ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਵਿਦ ਪ੍ਰੂਫ ਦੱਸਾਂਗੇ ਸਾਰਿਆਂ ਦਾ ਹੁਣ ਠੀਕ ਆ ਅਸੀਂ ਚਿੱਠੀਆਂ ਲਾਈਆਂ ਹੋਈਆਂ ਨੇ ਲੋਕਤੰਤਰ ਨੂੰ ਸਾਰਿਆਂ ਨੂੰ ਰਾਸ਼ਟਰਪਤੀ ਨੂੰ ਗ੍ਰਹਿ ਮੰਤਰੀ ਨੂੰ ਸਾਰਿਆਂ ਨੂੰ ਚਿੱਠੀਆਂ ਲਾਈਆਂ ਸੀ ਅਸੀਂ ਨੇ ਵੀ ਸਾਡਾ ਫੈਸਲਾ ਕਰਕੇ ਦੋ ਸਾਡਾ ਚੋਰ ਸਾਨੂੰ ਫੜ ਕੇ ਦੋ ਜਿਹੜਾ ਸ਼੍ਰੋਮਣੀ ਕਮੇਟੀ ਨੇ ਚੋਰ ਬਣਾਇਆ ਚਿੱਠੀਆਂ ਲੱਗੀਆਂ ਨੇ ਵਿਦ ਪ੍ਰੂਫ ਦੇਵਾਂਗੇ ਸਾਰੇ ਸਾਰਾ ਮੀਡੀਆ ਇਕੱਠਾ ਕਰਕੇ ਕਲੀਅਰ ਕਰਾਂਗੇ ਇਹ ਫੋਟਾ ਫੂਟਾ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਨਾ ਕਿਸੇ ਤੋਮਰ ਦਾ ਡਰ ਤੇ ਨਾ ਕਿਸੇ ਪਿੰਕੀ ਦਾ ਸੱਚ ਕਹਿਣਾ ਤੇ ਸੱਚ ਕਹਾਉਣਾ ਜੇ ਕਿਸੇ ਦੀ ਗੱਲ ਹੈ ਇਹ ਨਹੀਂ ਹੁੰਦਾ ਅਸੀਂ ਚੰਡੀਗੜ੍ਹ ਪ੍ਰਾਸ ਸੀ ਸਾਡਾ ਬਾਬਾ ਪ੍ਰੇਮ ਸਿੰਘ ਦੀ ਬਰਸੀ ਸੀ ਚੰਡੀਗੜ੍ਹ ਬਾਬਾ ਸੁਰਜੀਤ ਸਿੰਘ ਦੀ ਵੀ ਬਰਸੀ ਸੀ 8 ਤਰੀਕ ਦੇ ਲਗਭਗ ਉੱਥੇ ਸਾਨੂੰ ਮਿਲਣ ਆਏ ਸਾਰੇ ਇਹਨਾਂ ਨੇ ਇਹ ਬਾਬਾ ਇਹ ਜੇਲ੍ਹ ਚ ਰਹਿੰਦਾ ਹੁੰਦਾ ਸੀ ਇਸ ਕਰਕੇ ਵੀ ਇਹ ਗੱਲ ਕਲੀਅਰ ਨਹੀਂ ਹੁੰਦੀ ਵੀ ਕਿਸੇ ਦੀ ਫੋਟੋ ਖਿੱਚ ਕੇ ਅੱਜ ਨੈਟ ਤੇ ਪਾ ਦੇ ਤਾਂ ਬਦਨਾਮ ਕਰ ਦਈਏ ਦੱਸੋ ਫੋਟੋ ਨਾਲ ਕੀ ਹੋ ਜੂਗਾ ਸੱਚ ਤਾਂ ਮੂਹਰੇ ਆ ਕੀ ਰਹੂ ਸੰਗਤ ਦੇ ਅਸੀਂ ਇਹਨਾਂ ਦੱਸਦਾ ਵੀ ਫੌਜ ਤਿਆਰੀ ਕਰ ਲਏ ਨਿਹੰਗ ਸਿੰਘ ਫੌਜਾਂ ਨੇ ਸਾਡਾ ਸਾਥ ਚਾਹੀਦਾ ਸਾਨੂੰ ਇਹਨਾਂ ਦਾ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਸਰਕਾਰ ਕਲੀਅਰ ਕਰਦੇ ਹੁਣ ਅਸੀਂ ਕਲੀਅਰ ਕਰਾਂਗੇ ਸਾਰੇ ਸੰਸਾਰ ਨੂੰ ਪਿੰਡ ਚ ਬੈਠੇ ਆ ਕਿਸੇ ਦੇ ਪੈਸੇ ਕਰਕੇ ਨਹੀਂ ਬੈਠੇ ਪੁੱਤਰਾ ਇਹਨਾਂ ਧਿਆਨ ਰੱਖਿਓ ਵੀ ਛੋਟੀਆਂ ਮੋਟੀਆਂ ਗੱਲਾਂ ਤੇ ਨਹੀਂ ਦਸ ਸਿੰਘ ਗਏ ਸੀ ਸਾਡੇ ਨਾਲ ਜੇ ਸਾਡੇ ਮਨ ਚ ਹੁੰਦਾ ਤਾਂ ਅਸੀਂ ਇਕੱਲੇ ਚੱਲੇ ਜਾਂਦੇ ਤੋਮਰ ਨੂੰ ਮਿਲਣ 10 ਸਿੰਘ ਲੈ ਕੇ ਗਏ ਆ ਪਰ ਹੁਣ ਸਰਕਾਰ ਨੇ ਰੱਖੀ ਸੀ ਮੰਗ ਸਾਡੇ ਕੋਲ ਇਹ ਸਾਨੂੰ ਇਹ ਵੀ ਕਿਹਾ ਵੀ ਬਾਬਾ ਜੀ ਵੱਡੀਆਂ ਵੱਡੀਆਂ ਕੰਪਨੀਆਂ ਵੀ ਤੁਸੀਂ ਕੀ ਲੈਣਾ ਤੁਸੀਂ ਉੱਥੇ ਕੀ ਕਰਦੇ ਹੋ ਪਰ ਸਾਡੀਆਂ 4 ਮੰਗਾਂ ਨੇ ਕਲੀਅਰ ਇਹ ਸਾਨੂੰ ਲਿਖਤੀ ਰੂਪ ਚ ਦੇਣ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਤੇ ਜਿਹੜੇ ਇੱਕ ਮਤਾ ਪਾਉਣ ਪੰਥ ਦਾ ਇਹ ਕਲੀਅਰ ਕਰਕੇ ਵੀ ਜਿਹੜੇ ਬੇਅਦਬੀਆਂ ਕਰਦੇ ਨੇ ਤੇ ਉਹਨਾਂ ਦੀ ਕਾਰਵਾਈ ਆ ਜਿਹੜੀ ਉਹ ਤਖ਼ਤ ਕਰਨਗੇ ਆਪ ਖੁਦ ਨਿਹੰਗ ਸਿੰਘ ਕਰੂਗਾ ਪੰਜਵਾਂ ਤਖ਼ਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆਪ ਕਰੂਗਾ ਉਹ ਜਥੇਦਾਰ ਆ ਉਹ ਕਰਨਗੇ ਜੇ ਅਸੀਂ ਸੰਸਾਰ ਨੂੰ ਸਾਰਾ ਕਲੀਅਰ ਕਰਾਂਗੇ ਸਾਨੂੰ ਨਹੀਂ ਭਾਵੇਂ ਅਮਿਤ ਸ਼ਾਹ ਨਾ ਪਾ ਦਿਓ ਮੋਦੀ ਨਾ ਪਾ ਦਿਓ ਅਸੀਂ ਕੀ ਲੈਣਾ ਕਿਸੇ ਤੋਂ ਤਕੜੇ ਹੋ ਕੇ ਰਹੋ ਹੱਕ ਸੱਚ ਦੀ ਲੜਨੀ ਆ ਮੀਡੀਆ ਵਾਲਿਆਂ ਨੂੰ ਇਹ ਗੱਲ ਕਹਿੰਦੇ ਵੀ ਸੈਰ ਸਫਾਈ ਕਰਾਂਗੇ ਕੋਈ ਵੀ ਗੱਲ ਹੋਊਗੀ ਤਾਂ ਸਾਡੇ ਕੋਲੇ ਬਹਿ ਕੇ ਆਉਣ ਸੈਰ ਸਫਾਈ ਕਰਾਂਗੇ ਸਾਰੇ ਸੰਸਾਰ ਨੂੰ ਨਹੀਂ ਸਾਡੀ ਫੌਜ ਨੂੰ ਪਤਾ ਸੀ ਕਿਹਨੂੰ ਦੱਸਣਾ ਜਿਨ੍ਹਾਂ 'ਚ ਅਸੀਂ ਰਹਿੰਦੇ ਉਹਨਾਂ ਸਾਰਿਆਂ ਨੂੰ ਪਤਾ ਸਾਡੇ ਸਿੰਘਾਂ ਨੂੰ
ਨਹੀਂ ਦੇਖੋ ਉਹ ਉਹਨਾਂ ਨੇ ਕਦੇ ਸਾਨੂੰ ਹਾਲ ਚਾਲ ਹੀ ਨੀ ਆ ਕੇ ਪੁੱਛਿਆ ਸਾਨੂੰ ਕੀ ਲੋੜ ਆ ਨਾ ਕਦੇ ਨੇ ਸਾਡੀ ਦੇਖੋ ਜਿੱਥੇ ਅਸੀਂ ਰਹਿੰਦੇ ਹਾਂ ਸਾਡੀ ਉਸ ਪਰਜਾ ਨੂੰ ਪਤਾ ਇੰਨਾ ਧਿਆਨ ਰੱਖਿਓ ਕਿ ਛੋਟੀਆਂ ਮੋਟੀਆਂ ਫੋਟੋਆਂ ਦੇ ਨਾਲ ਕੌਣ ਨਹੀਂ ਬਣਨਾ ਮੇਨ ਮੁੱਦੇ ਤੇ ਆਵੇ ਸਰਕਾਰ ਕਲੀਅਰ ਕਰੇ ਬਿੱਲ ਰੱਦ ਕਰੇ ਫਿਰ ਇੱਥੋਂ ਉੱਠਣਾ ਨਾ ਤਾਂ 10 ਲੱਖ ਨਾਲ ਉੱਠਣਾ ਨਾ ਟਰਾਲੀਆਂ ਨਾਲ ਉੱਠਣਾ ਪਰ ਇੰਨਾ ਧਿਆਨ ਰੱਖੋ ਨਾ ਤਾਂ ਸਵਾਮੀ ਕਹਿ ਕੇ ਖੜਾ ਸੁੱਟਣਾ ਛੋਟਾ ਹੋਣਾ ਨਾ ਹੀ ਮਹਾਂਪੁਰਖ ਨਾ ਹੀ ਕੋਈ ਬ੍ਰਹਮ ਗਿਆਨੀ ਇਹ ਬਿਲਕੁਲ ਕਲੀਅਰ ਕਰਦੇ ਆ ਬਿੱਲ ਰੱਦ ਕਰੋ ਐਨ ਐਸ ਪੀ ਲਿਖ ਕੇ ਦੋ ਕਿਸਾਨਾਂ ਨੂੰ ਤੇ ਬਣਦੀ ਜਿਹੜੀ ਕਾਰਵਾਈ ਹੈ ਜੋ ਅਸੀਂ ਕਲੀਅਰ ਕੀਤਾ ਸਾਡੀਆਂ ਚਿੱਠੀਆਂ ਲੱਗੀਆਂ ਹੋਈਆਂ ਨੇ ਚਿੱਠੀਆਂ ਦਾ ਜਵਾਬ ਦੇਵੇ ਰਾਸ਼ਟਰਪਤੀ ਲੋਕਤੰਤਰ ਸਾਡੀਆਂ ਚਿੱਠੀਆਂ ਦਾ ਜਵਾਬ ਦੇਵੇ ਅਸੀਂ ਤਾਂ ਬਿਲਕੁਲ ਕਹਿੰਦੇ ਵੀ ਸਰਕਾਰ ਦੰਗੇ ਕਰਾਊਗੀ ਅਸੀਂ ਮੂੰਹ ਤੋਂ ਕਹਿੰਦੇ ਆ ਵੀ ਸਰਕਾਰ ਦੰਗੇ ਕਰਾਊਗੀ ਆਪਣੀਆਂ ਕੁਰਸੀਆਂ ਲਈ ਕਾਲੇ ਕਾਨੂੰਨਾਂ ਲਈ ਦੰਗੇ ਕਰਾਊਗੀ ਪਰ ਜੇ ਸਾਡੀ ਪਬਲਿਕ ਨਾ ਸਮਝੀ ਅੱਜ ਫੋਟੋਆਂ ਦੇ ਪਿੱਛੇ ਪੈ ਗਈ ਸਾਡੇ ਨਾਲ ਬੈਠਣ ਆ ਕੇ ਸਾਨੂੰ ਪੁੱਛਣ ਅਸੀਂ ਜਵਾਬ ਦੇਵਾਂਗੇ ਸੈਰ ਸਫਾਈ ਕਰਾਂਗੇ ਕਿਸੇ ਗੱਲ ਦਾ ਰੌਲਾ ਹੀ ਨੀ ਕੋਈ ਜੇ ਫੋਟੋਆਂ ਤੇ ਰੱਖਣਾ ਤਾਂ ਰੱਖੀ ਜਾਵੇ ਸਾਨੂੰ ਕੀ ਆ ਜਿੱਥੇ ਇੰਨੇ ਸੀ ਹੋਰ ਸਹੀ ਗੱਲ ਏਦਾਂ ਵੀ ਕੋਈ ਲੀਡ ਕਰਨ ਵਾਲਾ ਮੂਹਰੇ ਨਾ ਮਿਲ ਜੇ ਸਾਨੂੰ ਸਾਰਾ ਕਲੀਅਰ ਹੈ ਸਾਨੂੰ ਕੋਈ ਡਰ ਨੀ ਪਰ ਪਹਿਲਾਂ ਸਾਡੀਆਂ ਚਿੱਠੀਆਂ ਦਾ ਜਵਾਬ ਦੇਣਾ ਜੋ ਪੰਥ ਦੀਆਂ ਚਿੱਠੀਆਂ ਲੱਗੀਆਂ ਨੇ ਉਹਦਾ ਜਵਾਬ ਚਾਹੀਦਾ ਗ੍ਰਹਿ ਮੰਤਰੀ ਤੋਂ ਵੀ ਚਾਹੀਦਾ ਮੰਤਰੀ ਤੋਮਰ ਮੰਤਰੀ ਤੋਂ ਵੀ ਚਾਹੀਦਾ ਰਾਸ਼ਟਰਪਤੀ ਤੋਂ ਵੀ ਚਾਹੀਦਾ ਤੁਹਾਡਾ ਭਲਾ ਰਾਜਪਾਲ ਤੋਂ ਵੀ ਚਾਹੀਦਾ ਗਵਰਨਰ ਤੋਂ ਵੀ ਚਾਹੀਦਾ ਡੀਸੀ ਤੋਂ ਵੀ ਚਾਹੀਦਾ ਇਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਲੱਗੀਆਂ ਹੋਈਆਂ ਨੇ ਇਹ ਜਵਾਬ ਦੇਣ ਰਾਸ਼ਟਰਪਤੀ ਦੇ ਇੰਨੇ ਫੋਨ ਚੱਲ ਗਏ 3 ਵਾਰ ਅਸੀਂ ਮਿਲੇ ਜਾ ਕੇ ਜਦੋਂ ਮਿਲਦੇ ਆ ਰਾਸ਼ਟਰਪਤੀ ਇਹਨਾਂ ਦੇ ਮੰਤਰੀ ਸੰਤਰੀ ਇਹਨਾਂ ਦੇ ਮਿਲ ਕੇ ਬੋਲੀਆਂ ਲਾਉਂਦੇ ਆ ਇਹਨਾਂ ਨੂੰ ਪੁੱਛੋ ਪੁੱਤਰ ਬਾਣੇ ਦੀ ਬੋਲੀ ਨੀ ਲੱਗਦੀ ਜੇ ਬਾਣੇ ਦੀ ਬੋਲੀ ਲੱਗਦੀ ਹੁੰਦੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧਰਤੀ ਤੇ ਸ਼ਹੀਦੀ ਨਾ ਹੁੰਦੀ ਦਿੱਲੀ ਦੀ ਧਰਤੀ ਤੇ।